ਇੱਟੂ ਤੇ ਉਹ ਵੇਖ ਉਹਦਾ ਮੁੰਡੇ ਦਾ ਹਾਲ ਕੀ ਬਣ ਗਿਆ ਮੇਰੇ ਤਾਂ ਕਿੰਨਾ ਲਿੱਸਾ ਹੋ ਗਿਆ ਲੈ ਕਹਿੰਦੀ ਗਾੜੀ ਮੇਰੇ ਛੇ ਹੱਥ ਜੁਬਾਨ ਤੇ ਤੇਰੀ ਏਡੀ ਚਲਦੀ ਆ ਤੇ ਕਿਤੇ ਹੱਥ ਵੀ ਚਲਾ ਲਿਆ ਕਰ ਆ ਲੈ ਉਹ ਮੁੰਡੇ ਨੇ ਸੂਸੂ ਕਰਤਾ ਯੋ ਪਾ ਹੁਣ ਉਹਨੂੰ ਕੱਪੜੇ ਦੁੱਤੇ ਗੱਲਾਂ ਕਰਦੀ ਹੈ ਲਾ ਕਹਿੰਦੀ ਹੈ ਤੂੰ ਹੀ ਕਰ ਲਿਆ ਕੋਤ ਅਹੀਂ ਭੈਣ ਬਥੇਰਾ ਕੰਮ ਕੀਤਾ ਆਡੀ ਸੱਸ ਹਨ 5 ਵਜੇ ਉਠਾ ਦਿੰਦੀ ਹੁੰਦੀ ਸੀ ਤੇ ਕਿਤੇ ਮਈਆਂ ਚੋਦ ਪੱਠੇ ਬਾਦੇ ਕਿਤੇ ਦੁੱਧ ਰੜਕ ਤੇ ਕਿੰਨਾ ਕੰਮ ਅਹੀਂ ਕਰਦੇ ਨੇ ਤੁਹਾਨੂੰ ਤਾਂ ਕੋਈ ਕੰਮ ਹੀ ਕੋਈ ਨਹੀਂ ਤੇ ਮੈਂ ਇਹਨੂੰ ਕਹਿੰਦੀ ਮੈਂ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਆ ਸਾਡੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨਾ ਜਿਹੜੇ ਗਾਣ ਗਾਉਣ ਦਾ ਇਹ ਹੀ ਸੀਸੀਟੀਵੀ ਕੈਮਰਾ ਹੁੰਦੇ ਆ ਮੈਂ ਨੀਂ ਭੀਰ ਰਹੀ ਹਾਂ ਅੱਜ ਇਹ ਤਾਂ ਨਹੀਂ ਸਤਿ ਸ਼੍ਰੀ ਅਕਾਲ ਜੀ ਬੋਲੀਹੋਲੀ ਬਾਬਾ ਚੈਨਲ ਲੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਦੋਸਤੋ ਕੋਈ ਵਾਇਰਲ ਹੀ ਘਰ ਹੋਊਗਾ ਜਿੱਥੇ ਨੌ ਸੱਸ ਦੀ ਆਪਸ ਵਿੱਚ ਥੋੜੀ ਬਹੁਤੀ ਨੋਕ-ਝੋਕ ਨਾ ਹੁੰਦੀ ਹੋਵੇ ਸੋ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਭੈਣ ਨੇ ਬਹੁਤ ਹੀ ਸੋਹਣੇ ਢੰਗ ਨਾਲ ਜੋ ਘਰਾਂ ਵਿੱਚ ਆਮ ਸੱਸ ਨੌ ਦੀ ਨੋਕ-ਝੋਕ ਹੁੰਦੀ ਜਾਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਉਹਨਾਂ ਤੇ ਵੀਡੀਓਜ਼ ਬਣਾ ਕੇ ਸ਼ੇਅਰ ਕੀਤੀਆਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਦੇ ਭੈਣ ਵਿੱਚ ਟੈਲੈਂਟ ਵੀ ਬਹੁਤ ਜ਼ਿਆਦਾ ਸੋ ਬਹੁਤ ਹੀ ਸੋਹਣੇ ਢੰਗ ਨਾਲ ਉਹਨਾਂ ਨੇ ਪੇਸ਼ਕਸ਼ ਕੀਤੀ ਹੈ ਸੋ ਆਓ ਆਪਾਂ ਸਭ ਤੋਂ ਪਹਿਲਾਂ ਪੂਰੀ ਵੀਡੀਓ ਦੇਖ ਲੈਨੇ ਆਂ ਨਹੀਂ ਨਹੀਂ ਮੈਂ ਨਹੀਂ ਖਾਣੀ ਰੋਟੀ ਮੇਰੇ ਨਾਲ ਲੈ ਨਹੀਂ ਮੈਂ ਡਾਈਟਿੰਗ ਸ਼ੁਰੂ ਕੀਤੀ ਭੈਣ ਸਾਰੇ ਲੋਕੀ ਪਤਲੇ ਹੋਈ ਜਾਣਦੇ ਤੇ ਅਸੀਂ ਅੰਦਰ ਇੰਨੇ ਫੁੱਲੀ ਜਾਣਦੇ ਬੁਰਾ ਲੱਗਦਾ ਬੰਦਾ ਆਹ ਨਹੀਂ ਨਹੀਂ ਮੈਂ ਨਹੀਂ ਖਾਣੀ ਭੈਣ ਹੁਣ 5 ਵਜੇ ਕਿਤੇ ਕਹਿੰਦੀ ਹੈ ਖਾ ਲੈ ਇੱਕ ਰੋਟੀ ਹੁਣ ਮੈਂ ਸਾਰੀ ਕੀਤੀ ਕਰਾਈ ਖੂਗੀ ਥੋੜਾ ਪਾਣੀ ਆਹੋ ਆ ਗਏ ਤੇ ਪਾਪਾ ਆ ਗਏ ਕੀ ਲੈ ਕੇ ਆਏ ਅਲਫਾ ਫੀਜੀ ਫੜੇ ਸਮੋਸੇ ਤੇ ਜਲੇਬੀਆਂ ਮੈਂ ਤੇ ਡਾਈਟਿੰਗ ਸ਼ੁਰੂ ਕੀਤੀ ਸੀ ਕਿਦੋਂ ਤੋਂ ਕਿ ਅੱਜ ਤੋਂ ਹੀ ਸਵੇਰ ਤੋਂ ਕਹਿੰਦੇ ਹਨਾ ਖਾਣਾ ਆ ਗਿਆ ਉਹ ਨਾ ਖਾ ਇਹ ਖਾਣੇ ਕਿੰਨੇ ਆ ਨਿਆਣੇ ਨੇ ਤੇ ਇਹ ਨਹੀਂ ਖਾਣੇ ਇੰਨੇ ਤੇ ਹਾਂ ਐਵੇਂ ਫਿਰ ਸੁੱਟਣੇ ਪੈਣੇ ਹੈ ਪੈਹਕਦੇ ਐਵੇਂ ਬਣ ਜਾਂਦਾ ਏਡੀ ਮੁਸ਼ਕਿਲਾਂ ਪੈਹਾ ਕਮਾਇਆ ਜਾਂਦਾ ਕਿਤੇ ਸੁੱਟਨੇ ਖਾ ਤਾਂ ਹੁਣ ਮੈਂ ਖਾ ਲੂੰਗੀ ਜੇ ਲਿਆਂਦੇ ਆ ਤੇ ਆਹ ਡੈਟਿੰਗ ਦੀ ਕਿਹੜੀ ਗੱਲ ਆ ਘਰ ਦੀ ਡੈਟਿੰਗ ਜਦੋਂ ਮਰਜ਼ੀ ਸ਼ੁਰੂ ਕਰ ਲੋ ਸਵੇਰ ਤੋਂ ਸੀ ਆਹ ਚੱਲੀ ਕੁੜੀਏ ਪਕਵਾ ਇਹਨਾਂ ਨੂੰ ਕਹਿੰਦੇ ਅੱਜ ਮੈਂ ਆਜਾ ਦੁਆਰਾ ਤੇ ਆਲੂ ਵਾਲੇ ਪੋਣੇ ਬਣਾਦਾ ਮੈਂ ਕਹਿੰਦੀ ਆਲੂ ਵਾਲੇ ਪਰੌਂਠੇ ਬਣਾਦਾ ਕੋਲ ਗੱਲ ਹੀ ਨਹੀਂ ਸੁਣਦੇ ਤੁਸੀਂ ਹਾਏ ਹੇ ਰੱਬਾ ਬੰਦਾ ਹਾਂ ਜਾਂ ਨਾ ਦਾ ਜਵਾਬ ਦੇ ਦੇ ਖਾਣੇ ਆ ਜਾਂ ਨਹੀਂ ਖਾਣੇ ਕਹਿੰਦੇ ਕੀ ਕਹਿੰਦੀ ਆ ਤੂੰ ਮੈਂ ਕਹਿੰਦੀ ਆ ਕਿ ਆਲੂ ਵਾਲੇ ਪਰੌਂਠੇ ਬਣਾਦਾ ਕਦ ਠਹਿਰ ਜਾ ਆਹੋ ਕਿ ਮੈਂ ਠਹਿਰ ਜਾ ਮੈਂ ਹੁਣ ਵੇਟ ਕਰਦੀ ਰਹੂ ਮੈਂ ਨਹੀਂ ਬਣਾਵਨੂ ਕਿਤੇ ਨੇ ਨਿਆਣਿਆਂ ਨੂੰ ਪੁੱਛ ਲੈ ਵੇ ਨਿਆਣਿਓ ਵੇ ਨਿਆਣਿਓ ਹਾਇ ਰੱਬਾ ਵੇ ਨਿਆਣਿਓ ਰੋਟੀ ਖਾਣੀ ਆ ਸੁੰਦੇ ਨਹੀਂ ਬਗ ਤੂੰ ਗੁੜੀ ਰੋਟੀ ਖਾਣੀ ਆ ਨਹੀਂ ਖਾਣੀ ਹੈ ਜੇ ਫੋਨ ਚ ਖੁੱਭੀ ਪਈ ਹਾਇ ਰੱਬਾ ਕੀ ਕਰਾਂ ਇਹ ਤਾਂ ਸੁੰਦੇ ਹੀ ਨਹੀਂ ਗੱਲ ਫੋਨਾਂ ਚ ਮੈਂ ਵੀ ਇਹਨਾਂ ਦੀ ਰੋਟੀ 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 ਕਰੀ ਜਾਨੀ ਮੈਂ ਤਾਰ ਹੀ ਲਾ ਦੇ ਲੱਗੀ ਪਿਛੋਂ ਨੈਟ ਦੀ ਆ ਹਾਏ ਜੀ ਮਤਾਰ ਲਾਤੀ ਤੇ ਮੇਰਾ ਤੇ ਆਪਣਾ ਫੋਨ ਬੰਦ ਹੋਇਆ ਨਾ ਤੇ ਆਪ ਟਿਕਟੌਕ ਬਣਾਉਣੀ ਨਹੀਂ ਸਹਿਰਾ ਸੂਰਾ ਮੈਂ ਕੀ ਕਰਨੀ ਆ ਭੈਣ ਮੈਂ ਕੱਲ ਗਈ ਡਾਕਟਰ ਤੇ ਆ ਤੇ ਕੋੜੇ ਮੈਨੂੰ ਕਹਿੰਦਾ ਹੈ ਵੇਂ ਜੀ ਤੁਹਾਡੇ ਤੇ ਹਮ ਟਾਪਾ ਜਾਈ ਜਾਂਦਾ ਤੇ ਸਹਿਰਾ ਸੂਰਾ ਕਰਿਆ ਕਰੋ ਆ ਮੈਨੂੰ ਬੜੀ ਸ਼ਰਮ ਹੀ ਲੱਗੇ ਹੋਰ ਵੀ ਲੋਕੀ ਬੈਠੇ ਹੀ ਪਰ ਮੂਤੇ ਬੇਸਤੀ ਕਰਦੀ ਤੇ ਮੈਂ ਫਿਰ ਅੱਜ ਸਵੇਰੇ ਸਵੇਰੇ ਤੁਰ ਪੀ ਫਿਰ ਹਾਨੀ ਰਜਿਆ ਹੈ ਤੇ ਇਹ ਕੁੜੇ ਗਲੀਆਂ ਚ ਕੁੱਤੇ ਬੈਠੇ ਹੈ ਹੈ ਨਹੀਂ ਮੇਰੇ ਮਗਰ ਪੈ ਗਏ ਕੁੱਤੇ ਉੰਤਰੇ ਮਾਇ ਤੇ ਕਦੀ ਉੰਤਰਾ ਇੱਧਰ ਜਾਵਾ ਕਦੀ ਉੱਧਰ ਜਾਵਾ ਹੈ ਨਹੀਂ ਸੋਟੀ ਕੋਈ ਨਹੀਂ ਫੜੀ ਨਹੀਂ ਇਹ ਤੇ ਗਲਤੀ ਹੋ ਗਈ ਹੈ ਤੇ ਕਦੀ ਇੱਧਰ ਤੇ ਕਦੀ ਉੱਧਰ ਮੈਂ ਰੱਬਾ ਅੱਜ ਬਚਾਲਾ ਮੁੜਕੇ ਨਹੀਂ ਮਹਿਮ ਸੈਰ ਨੂੰ ਹੁੰਦੀ ਮਾਂ ਮਾ ਕਾਨੂੰ ਸੈਰ ਕਰਨ ਆਗੀ ਤੇ ਪੈਣ ਬੜੀਆਂ ਮੁਸ਼ਕਲਾਂਾਂ ਚ ਮੈਂ ਬਚੀ ਨੀ ਇਹ ਨਹੀਂ ਜਾਂਦਾ ਛੱਬੋ ਦਾ ਬਾਪਾ ਇਹ ਚੱਲ ਵੀ ਜਾਵੇ ਤੇ ਇੰਨੇ ਫੇਰ ਮੇਰੇ ਨਾਲ কুরਕੁਰ কুরਕੁਰ ਕਰੀ ਜਾਣੀ ਤੇ ਆਹ ਆਹ ਕਿਲੋਮੀਟਰ ਦੂਰ ਤੇ ਹੋਣਾ ਤੇ ਮੈਂ ਪਿੱਛੇ ਤੇਨੂੰ ਪਤਾ ਹੀ ਨਹੀਂ ਕਿ ਮੈਂ ਆਉਣ ਲਈ ਆ ਕਿ ਨਹੀਂ ਆਉਣ ਤੀ ਆਹ ਤੇ ਮੈਂ ਹਾਂ ਚੱਲ ਕੱਲੀ ਹੋਣੀ ਪਰ ਮਾਹੀ ਬਚਾਈ ਮੈਂ ਰੱਬ ਨੇ ਮਾ ਨਹੀਂ ਨਹੀਂ ਮੈਂ ਨਹੀਂ ਪਾਣੀ ਪੀਣਾ ਨਹੀਂ ਮੇਰਾ ਜੀ ਨਹੀਂ ਕਰਦਾ ਨਹੀਂ ਮੇਰੇ ਛੱਬੋ ਲੈ ਆਓ ਮੇਰੇ ਨੂੰ diel ਨੂੰ ਕੁਛ ਹੋਈ ਜਾਂਦਾ ਉਹਨੂੰ ਲੱਭੋ ਜਾ ਕੇ ਨਹੀਂ ਲੱਭੋ ਉਹਨੂੰ ਹਾਂ ਲੱਭ ਗਈ ਆ ਇੱਧਰ ਲਿਆ ਇਹਦੀ ਮੈਂ ਟੰਗਾ ਪੰਨਾ ਜੁਣੀਆਂ ਇਹਨੇ ਲਹੂ ਪੀਤਾ ਕਿਤੇ ਹੈ ਸਵੇਜ ਦਾ ਕਿਤੇ ਸਾਰਾ ਮੁਲਖ ਲਬਲਾ ਪਹੀ ਥੱਕ ਗਏ ਕਿਤੇ ਕਮਲੇ ਹੋ ਗਏ ਅਹੀਂ ਹੈ ਇਹਦੀਆਂ ਮੀਡੀਅਨ ਮੈਂ ਤੇਲ ਦਵਾ ਫੜਾ ਇੱਧਰ ਇਹਨੂੰ ਤੇ ਰੱਖ ਕਿੱਥੇ ਗਈ ਇਹ ਵਿਆਹ ਤੇ ਗਈ ਕਿਹੜੇ ਵਿਆਹ ਤੇ ਅੱਛਾ 500 ਕੀ ਦੇ ਮੁੰਡੇ ਆਏ ਬਾਹਰੋਂ ਜਿਹੜੇ ਉਹਨਾਂ ਦੇ ਵਿਆਹ ਤੇ ਹੂੰ ਕੀ ਕੀ ਕਰਨੀ ਉੱਥੇ ਅਈ ਸ਼ਾਹ ਜਾਨ ਚੜਨ ਲਈ ਤੇ ਪਾਏ ਚੁੱਕਣ ਲਈ ਡੋਲਰ ਸੁਟਾ ਨਹੀਂ ਲੈ ਲੈ ਵਖਾ ਕਿੰਨੇ ਕੇ ਚੁੱਕੇ ਹੈ ਦਸ਼ਿਦਾਨੇ ਦੱਸ ਕੇ ਜਾਂਦੀ ਹੈ ਤੇ ਆਪਣੇ ਵੀਰੇ ਨੂੰ ਵੀ ਨਾਲ ਲੈ ਜਾਂਦੀ ਚਾਰ ਜ਼ਿਆਦੇ ਚੁੱਕੇ ਜਾਣੇ ਹੈ ਹੈ ਤੇ ਇੱਥੇ ਨਾ ਆਉਂਦੀ ਮੇਲੇ ਤੇ ਸਿੱਧੀ ਉਧਰ ਚਲ ਜਾਂਦੀ ਇਦਾਂ ਹਣਾ ਚਾਹੀਦਾ ਹੁੰਦਾ ਵਾ ਲੈ ਫੜਾ ਹੁਣ ਪੈ ਲੈ ਫੜਾ ਇਦਾਂ ਗਵਾਜਾ ਨਹੀਂ ਮੈਂ ਨਹੀਂ ਪਾਣੀ ਪੀਣਾ ਨਹੀਂ ਮੇਰਾ ਜੀ ਨਹੀਂ ਕਰਦਾ ਨਹੀਂ ਮੇਰੇ ਸ਼ੱਬੋ ਲੈ ਆਓ ਮੇਰੇ ਨੂੰ diel ਨੂੰ ਕੁਛ ਨਹੀਂ ਹੋਈ ਜਾਂਦਾ ਉਹਨੂੰ ਲੱਭੋ ਜਾ ਕੇ ਨਹੀਂ ਲੱਭੋ ਉਹਨੂੰ ਹਾਂ ਲੱਭ ਗਈ ਆ ਇੱਧਰ ਲਿਆ ਇਹਦੀ ਮੈਂ ਟੰਗਾ ਪੰਨਾ ਜੁਣੀਆਂ ਇਹਨੇ ਲਹੂ ਪੀਤਾ ਕਿਤੇ ਹੈ ਸਵੇਜ ਦਾ ਕਿਤੇ ਸਾਰਾ ਮੁਲਖ ਲਬਲਾ ਪਾਹੀ ਥੱਕ ਗਏ ਕਿਤੇ ਕਮਲੀ ਹੋ ਗਏ ਅਹੀਂ ਹੈ ਇਹਦੀਆਂ ਮੀਡੀਅਨ ਮੈਂ ਤੇਲ ਦਵਾ ਫੜਾ ਇੱਧਰ ਇਹਨੂੰ ਤੇ ਰੱਖ ਕਿੱਥੇ ਗਈ ਇਹ ਵਿਆਹ ਤੇ ਗਈ ਕਿਹੜੇ ਵਿਆਹ ਤੇ ਅੱਛਾ 500 ਸੁੱਖੀ ਦੇ ਮੁੰਡੇ ਆਏ ਬਾਹਰੋਂ ਜਿਹੜੇ ਉਹਨਾਂ ਦੇ ਵਿਆਹ ਤੇ ਹੂੰ ਕੀ ਕੀ ਕਰਨ ਦੇ ਉੱਥੇ ਅਰਸ਼ਾ ਜਾਨ ਚੜਨ ਲਈ ਤੇ ਪਾਏ ਚੁੱਕਣ ਦੇ ਹੀ ਡੋਲਰ ਸੁਟਾਂ ਦੇ ਲੈ ਲੈ ਵਖਾ ਕਿੰਨੇ ਕੇ ਚੁੱਕੇ ਹੈ ਦਸ਼ ਦੇਣੇ 10 ਕੇ ਜਾਂਦੀ ਹੈ ਤੇ ਆਪਣੇ ਵੀਰੇ ਨੂੰ ਵੀ ਨਾਲ ਲੈ ਜਾਂਦੀ ਚਾਰ ਜਾਦੇ ਚੁੱਕੇ ਜਾਣੇ ਹੈ ਤੇ ਇੱਥੇ ਨਾ ਆਉਂਦੀ ਮੇਲੇ ਤੇ ਸਿੱਧੀ ਉਧਰ ਚਲ ਜਾਂਦੀ ਇਦਾਂ ਹੋਣਾ ਚਾਹੀਦਾ ਹੁੰਦਾ ਵਾ ਲੈ ਫੜਾ ਹੁਣ ਪੈ ਲੈ ਫੜਾ ਇਦਾਂ ਗਵਾਜ ਜਾ ਤੇਰ ਦੀ ਚਾਹ ਮੰਗਣ ਨਹੀਂ ਆ ਤੇ ਹੁਣ ਮਿਲੀ ਹੋਵੇ ਲੈ ਇਹ ਅੱਜ ਕੱਲ੍ਹ ਦੀਆਂ ਨੋਵਾ ਪਹਿਲਾਂ ਤਾਂ ਰਾਤ ਰਾਤ ਟੀਵੀ ਵੇਂਦੀਆਂ ਰਹਿੰਦੀਆਂ ਤੇ ਮੁਰਕੇ ਉੱਠਦੀਆਂ ਲੇਟ ਆ ਸਵੇਰੇ ਤੇ ਹੋਰ ਉਹਨ ਆ ਗਈ ਉਹ ਬੱਸ ਤੇ ਛੇਤੀਕਾਰ ਕੁੜੀ ਨੇ ਤਿਆਰ ਕਰ ਰੋਜ਼ ਹੀ ਤੂੰ ਲੀਡ ਕਰ ਦੇਣੀ ਤੇਰਾ ਇਹ ਹੀ ਕੰਮ ਆ ਆ ਤੇ ਨਾਲੇ ਉਹ ਘਰ ਵਾਲੇ ਆਪਣੇ ਨੂੰ ਕੋਈ ਪੌਂਠੇ ਬਰਾਂਠੇ ਬਣਾ ਕੇ ਦਿਆਂ ਕਰ ਕੋਈ ਆਲੂ ਵਾਲੇ ਕੋਈ ਗੋਭੀ ਵਾਲੇ ਉਦਾਂ ਹੀ ਸੁੱਕੇ ਜਿਹੇ ਬਰੰਡ ਗਾੜੀ ਰੱਖ ਦਿੰਦੀ ਹਾਂ ਸਟੈਂਡ ਵਿੱਚ ਤੇ ਉਹ ਵੇਖ ਉਹਦਾ ਮੁੰਡੇ ਦਾ ਹਾਲ ਕੀ ਬਣ ਗਿਆ ਮੇਰੇ ਤਾਂ ਕਿੰਨਾ ਲਿੱਸਾ ਹੋ ਗਿਆ ਲੈ ਕਹਿੰਦੀ ਗਾੜੀ ਮੇਰੇ ਛੇ ਹੱਥ ਜੁਬਾਨ ਤੇ ਤੇਰੀ ਈਡੀ ਚੱਲਦੀ ਆ ਤੇ ਕਿਤੇ ਹੱਥ ਵੀ ਜਲਾ ਲਿਆ ਕਰ ਆ ਲੈ ਉਹ ਮੁੰਡੇ ਨੇ ਸੁਸੂ ਕਰਤਾ ਹੀ ਪਾ ਹੁਣ ਉਹਨੂੰ ਕੱਪੜੇ ਦੁੱਤੇ ਗੱਲਾਂ ਕਰਦੀ ਐ ਲਾ ਕਹਿੰਦੀ ਹੈ ਤੂੰ ਕਰ ਲਿਆ ਕੋਤ ਅਹੀਂ ਭੈਣ ਬਥੇਰਾ ਕੰਮ ਕੀਤਾ ਆਡੀ ਸੱਸਾਂ ਹਨ 5 ਵਜੇ ਠਾ ਦਿੰਦੀ ਹੁੰਦੀ ਸੀ ਤੇ ਕਦੇ ਮਈਆਂ ਚੋਦ ਪੱਠੇ ਪਾ ਦੇ ਕਿਤੇ ਦੁੱਧ ਰੜਕ ਤੇ ਕਿੰਨਾ ਕੰਮ ਅਹੀਂ ਕਰਦੇ ਨੇ ਤੁਹਾਨੂੰ ਤਾਂ ਕੋਈ ਕੰਮ ਹੀ ਕੋਈ ਨਹੀਂ ਤੁੰਦ ਕਦੇ ਕਿਹਾ ਹੀ ਨਹੀਂ ਕਿ ਕੰਮ ਕਰੋ ਜਾਂ ਨਾ ਕਰੋ ਗਾੜੀਆਂ ਗੱਲਾਂ ਸੁਣਾਉਂਦੀ ਐ ਲੈ ਕੁੜੀ ਮੈਨੂੰ ਕਹਿੰਦੀ ਹੈ ਕਮੈਂਟਰੀ ਜੀ ਕਰੀ ਜਾਂਦੀ ਕੀ ਲਾ ਕੇ ਆਏ ਪੂੜੀਆਂ ਛੋਲੇ ਨੇ ਨਹੀਂ ਅਜਣੀ ਮੇ ਖਾਣੇ ਪਹਿਣਾ ਉਦੋਂ ਮੈਨੂੰ ੱੱਕੇ ਨਾ ਹੀ ਉਹ ਪਕੌੜੇ ਤੇ ਉਹ ਜਲੇਬੀਆਂ ਖਵਾ ਤੀਆਂ ਮੈਂ ਕਿ ਤਖਾਂਦੀ ਆਪੇ ੱੱਕੇ ਨਾ ਖਵਾ ਆਗੇ ਤੇ ਮੁੜ ਕੇ ਉਹ ਮੇਰੇ ਨਾਲ ਮੁੜ ਕੇ ਲੜਿਆ ਤੇ ਮੁੜ ਕੇ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕਹਿੰਦੇ ਹਾਈ ਨੂੰ ਤੇ ਮੈਂ ਹਾਂ ਕਿੰਨੀਆਂ ਚੀਜ਼ਾਂ ਲਿਆ ਕੇ ਦੇਣਾ ਖਾਣ ਨੂੰ ਤੇ ਫੇਰ ਆ ਕਹਿੰਦੀ ਆ ਕਿ ਹਾਂ ਮੈਨੂੰ ਕੁਛ ਲਿਆ ਕੇ ਨਹੀਂ ਜਾਂਦਾ ਵੇਖ ਲਓ ਇੰਨੀ ਮੇਰੀ ਭੰਡੀ ਕਰਾਈ ਤੇ ਇੰਨੀ ਬੀਸਤੀ ਕਰਾਈ ਮੇਰੇ ਰਿਸ਼ਤੇਦਾਰਾਂ ਚ ਅੱਜ ਨਹੀਂ ਮੈਂ ਕੁਛ ਵੀ ਖਾਣਾ ਅੱਜ ਮੈਂ ਭੁਖੀ ਰਹਿਣਾ ਇਦਾਂ ਹੀ ਕੰਮ ਕਰੀ ਜਿਉ ਜੇ ਮੈਨੂੰ ਕੁਛ ਹੋ ਗਿਆ ਤੇ ਆਪੇ ਜ਼ਿੰਮੇਵਾਰੀ ਤੇਰੀ ਆ ਨੀ ਬੀਕੀ ਸ਼ਾਬੂ ਚਲੇਗਾ ਬਾਬਾ ਤੇਰਾ ਆ ਨੀ ਪੁੱਖ ਖੋੜੀ ਲੱਗੀ ਆ ਦੋ ਗੇ ਪਰੌਂਠੇ ਲਿਆ ਦੀ ਮੇਰਾ ਪੁੱਤ ਹੈ ਉੱਤੇ ਚਾਰ ਪਾਗ ਲੈ ਆਈਆਂ ਭੁੱਖੇ ਢਿੱਡ ਕਿਤੇ ਕੰਮ ਹੁੰਦਾ ਕਿਤੇ ਆ ਇਹਨਾਂ ਨੂੰ ਕੀ ਲੱਗੇ ਬੰਦਿਆਂ ਨੂੰ ਭਾਵੇਂ ਖਾਓ ਭਾਵੇਂ ਨਾ ਖਾਓ ਲਿਆ ਮੇਰਾ ਪੁੱਤ ਸੇਤੀ ਬੜੀ ਪੁੱਖ ਲੱਗੀ ਓ ਸਵੇਰ ਦੀ ਫਿਰ ਮੈਂ ਕਰਦੀ ਆ ਕੋਈ ਕੰਮ ਕੋ ਆ ਪਾਪੀ ਨੂੰ ਨਾ ਦਸੀ ਕਿ ਮੈਂ ਖਾਦਾ ਕੁਛ ਨਾ ਚੰਗਾ ਫਿਰ ਮੇਰਾ ਵੀਰ ਹੈ ਧਿਆਨ ਰੱਖੀਆ ਆਪਣਾ ਵੜਿਆ ਵੜਿਆ ਉਮਰਾਂ ਮਾਣੋ ਆ ਓਕੇ ਆ ਜਾਨੀ ਮੇਰੇ ਆਹ ਮੇਰੇ ਪ੍ਰਾਦਾ ਫੋਨ ਹੀ ਆ ਵਿਚਾਰਾ ਬੜਾ ਇਤਿਆਰ ਰੱਖਦਾ ਕਹਿੰਦਾ ਭੈ ਤੁਹਾਡੇ ਨਾ ਪਿੰਡਾਂ ਚ ਚੋਰੀਆਂ ਚਪਕੀਆਂ ਜੀਆਂ ਬੜੀਆਂ ਵੱਧ ਗਈਆਂ ਆਹ ਤੇ ਕਹਿੰਦਾ ਸੀ ਮੈਂ ਭੇਜੂੰਗਾ ਤੇ ਓੜੇ ਸੀਸੀਟੀਵੀ ਕੈਮਰੇ ਨਹੀਂ ਹੁੰਦੇ ਆਹ ਕਹਿੰਦਾ ਹੈ ਉਹ ਲਵਾ ਲਾ ਤੇ ਮੈਂ ਇਹਨੂੰ ਕਹਿੰਦੀ ਮੈਂ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਆ ਸਾਡੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨਾ ਜਿਹੜੇ ਗਾਣ ਗਾਣ ਦਾ ਇਹ ਵੀ ਸੀਸੀਟੀਵੀ ਕੈਮਰਾ ਹੁੰਦੇ ਆ ਮੈਨਾਂ ਨੂੰ ਸਾਰਾ ਪਤਾ ਹੁੰਦਾ ਕਿ ਕਿੰਨੇ ਵਜੇ ਬੂਆ ਖੜ ਗਿਆ ਤੇ ਕਿੰਨੇ ਵਜੇ ਕੋਈ ਬੋਲਦਾ ਸੀ ਤੇ ਕਿੰਨੇ ਵਜੇ ਕੋਈ ਆਇਆ ਤੇ ਕਿੰਨੇ ਵਜੇ ਕੋ ਗਿਆ ਆ ਮੈਂ ਪੂਰਾ ਟਾਈਮ ਦੱਸ ਦਿੰਦੇ ਆ ਆਹੋ ਤੇ ਮੈਂ ਤੁਹਾਡੀ ਫਿਕਰ ਨਾ ਕਰ ਆਹੋ ਆਪਣਾ ਧਿਆਨ ਰੱਖ ਤੇ ਆਪਣਾ ਮਨ ਲਾ ਕੇ ਕੰਮ ਕਰ ਆਹ ਨਹੀਂ ਬਹੁਤ ਹੀ ਕਰਦਾ ਵਿਚਾਰ ਆਹੋ ਤੇ ਹੱਸਣ ਦੀ ਆ ਮੈਂ ਹੱਸਣ ਵਾਲੀ ਗੱਲ ਨਹੀਂ ਇਹ ਸੱਚ ਆਹੋ ਤੇ ਇਦਾਂ ਹੀ ਆ ਹੋਰ ਤੂੰ ਸੁਣਾ ਕਿਦਾਂ ਹੀ ਫਿਰ ਦੂਦ ਸੋ ਦੋਸਤੋ ਜਿਵੇਂ ਤੁਸੀਂ ਵੀਡੀਓਜ਼ ਦੇਖੀ ਹੈ ਜਿਸ ਵਿੱਚ ਭੈਣ ਨੇ ਜੋ ਘਰਾਂ ਵਿੱਚ ਆਮ ਨਿੱਕੀਆਂ-ਮੋਟੀਆਂ ਗੱਲਾਂ ਹੁੰਦੀਆਂ ਜਾਂ ਛੋਟੀ-ਮੋਟੀ ਨੋਕ-ਚੋਕ ਹੁੰਦੀ ਰਹਿੰਦੀ ਆ ਉਹਨਾਂ ਦੇ ਆਧਾਰ 'ਤੇ ਵੀਡੀਓਜ਼ ਬਣਾ ਕੇ ਸ਼ੇਅਰ ਕੀਤੀਆਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਸੋ ਭੈਣ ਨੇ ਬਹੁਤ ਹੀ ਵਧੀਆ ਪੇਸ਼ਕਸ਼ ਕੀਤੀ ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓਜ਼ ਪਸੰਦ ਆਈਆਂ ਹੋਣੀਆਂ ਜੇਕਰ ਵੀਡੀਓ ਵਧੀਆ ਲੱਗੀਆਂ ਤਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਇਹਨਾਂ ਵੀਡੀਓਜ਼ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਜੇਕਰ ਤੁ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈੱਲ ਦੇ ਬਟਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਜੀ ਇਹਨੇ ਸ਼ਾਬਦਾਨਾ ਲੈਣੀਆਂ ਜਾਂ ਇਹ ਤਾਂ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ